ਪੰਜਾਬ ਵਿੱਚ 109 ਮਿਊਂਸੀਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੇ ਅਤੇ 8 ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਹਨ। ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਇਸ ਅਨੁਸਾਰ ਪ੍ਰੋਗਰਾਮ ਉਲੀਕਿਆ ਗਿਆ ਹੈ। 30 ਜਨਵਰੀ ਨੂੰ ਨੋਮੀਨੇਸ਼ਨ ਫਾਈਲ ਕਰਨ ਦੀ ਤਰੀਕ ਹੋਵੇਗੀ ਜੋ ਕਿ 3 ਫਰਵਰੀ ਤੱਕ ਚੱਲੇਗੀ। 4 ਫਰਵਰੀ ਨੂੰ ਪੇਪਰਾਂ ਦੀ ਸਕਰੂਟਨੀ ਹੋਵੇਗੀ ਅਤੇ 5 ਫਰਵਰੀ ਨੂੰ ਨਾਮ ਵਾਪਸ ਲੈਣ ਦੀ ਅਤੇ ਸਿੰਬਲ ਅਲਾਟ ਕਰਨ ਦਾ ਸਮਾਂ ਹੋਵੇਗਾ। ਚੋਣ ਪ੍ਰਚਾਰ 12 ਫਰਵਰੀ 5 ਵਜੇ ਨੂੰ ਬੰਦ ਹੋ ਜਾਵੇਗਾ ਅਤੇ 14 ਫਰਵਰੀ ਨੂੰ ਸਵੇਰ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣ ਦਾ ਕੰਮ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ। ਇਹਨਾਂ ਚੋਣਾਂ ਦੌਰਾਨ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ 400 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਮਿਊਂਸੀਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਵੱਲੋਂ 1902 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਇਲੈਕਸ਼ਨਾਂ 'ਚ ਲਗਭਗ 40 ਲੱਖ ਪੰਜਾਬ ਦੇ ਵੋਟਰ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿੱਚ ਤਕਰੀਬਨ ਅੱਧ ਦੇ ਕਰੀਬ ਔਰਤਾਂ ਸ਼ਾਮਲ ਹਨ। ਕਮਿਸ਼ਨ ਵੱਲੋਂ 4,102 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਗਭਗ 18,000 ਚੋਣ ਕਰਮਚਾਰੀ ਕੰਮ ਕਰਨਗੇ। ਇਹ ਸਮਾਂ ਕੋਵਿਡ ਦਾ ਵੀ ਹੈ। ਕੋਵਿਡ ਨੂੰ ਦੇਖ ਕੇ ਕਮਿਸ਼ਨ ਵੱਲੋਂ ਖਾਸ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਾਰੀ ਕੀਤਾ ਗਿਆ ਹੈ। ਚੋਣਾਂ ਦੌਰਾਨ ਅਮਲੇ ਦੀ ਸੁਰੱਖਿਆ ਲਈ ਸਰਕਾਰ ਵੱਲੋਂ 1,65,00,000 ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਜੋ ਵੀ ਸਮਾਨ ਚੋਣ ਅਮਲੇ ਲਈ ਚਾਹੀਦਾ ਹੋਵੇਗਾ ਉਹ ਜ਼ਿਲ੍ਹਾ ਪੱਧਰ 'ਤੇ ਪ੍ਰਾਪਤ ਕੀਤਾ ਜਾਵੇਗਾ।